ਤੋਂ ਸਿੱਖ ਪੁੱਛ ਲੈਣ ਕਿ ਕਿਹਨੂੰ ਵਰਤਿਆ ਸੀ ਪੀ ਐਚ ਡੀ ਲਿਖਣ ਵਾਸਤੇ ਥੀਸਿਸ ਕਰਨ ਵਾਸਤੇ। ਮਗਰ ਜੇ ਕੋਈ ਗੱਲ ਕਾਪੀ ਕਰਦੇ ਹੋ ਕਿਸੇ ਦੀ ਤਾਂ ਕੰਮ ਤਾਂ ਚੰਗੀ ਤਰ੍ਹਾਂ ਕਾਪੀ ਕਰਿਆ ਕਰੋ, ਇਹੋ ਜਿਹੀ ਕਾਪੀ ਨਾ ਕਰਿਆ ਕਰੋ ਜਿਹੜੀ ਕੰਮ ਆਉਣ ਵਾਲੇ ਸਮੇਂ 'ਚ ਤੁਹਾਡੇ ਗਲੇ ਦੀ ਹੱਡੀ ਬਣ। ਵੈਸੇ ਤਾਂ ਭਗਵੰਤ ਸਿੰਘ ਬੇਈਮਾਨ ਸਾਹਿਬ ਨੇ ਕਈ ਵਾਰੀ ਕਿਹਾ, ਜੁਗਨੂ ਨੇ ਮੇਰੇ ਯਾਰ ਨੇ, ਕਿ ਜਿੰਨੀਆਂ ਵੀ ਸਿੱਟਾਂ ਨੇ ਇਹ ਬੇਸਿੱਟਾਂ ਹੁੰਦੀਆਂ ਨੇ। ਔਰ ਮੇਰਾ ਤੁਹਾਡੇ ਨਾਲ ਵੀ ਥੋੜ੍ਹਾ ਜਿਹਾ ਗਿਲਾ, ਗੁੱਸਾ ਨਾ ਕਰ ਜਿਓ। ਕਟਾਰੂ ਚੱਕ ਦੀ ਸਿੱਟ ਬਣਦੀ ਆ ਅਤੇ ਇਹਨਾਂ ਨਹੀਂ ਤੁਸੀਂ ਇੰਪੋਰਟੈਂਸ ਦਿੰਦੇ, ਮਜੀਠੀਏ ਦੀ ਸਿੱਟ ਬਣਦੀ ਆ ਤਾਂ ਇਸ ਤਰ੍ਹਾਂ ਹੁੰਦਾ, ਪਤਾ ਨਹੀਂ ਕੀ ਬਣ ਗਿਆ, ਕਿਹੜਾ ਚੀਰ ਨਿਕਲ ਆਇਆ। ਚਲੋ ਮੈਨੂੰ ਪਤਾ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ, ਸਰਕਾਰ ਪਿਆਰ ਕਰਦੀ ਹੈ, ਮਗਰ ਸੱਚ ਝੂਠ ਦਾ ਵੀ ਨਿਪਟਾਰਾ ਕੋਈ ਜ਼ਿੰਮੇਵਾਰੀ ਹੁੰਦੀ ਹੈ, ਚੌਥਾ ਪਾਵਾਂ ਤੁਸੀਂ। ਔਰ ਮੈਂ ਆਸ ਕਰੂੰਗਾ, ਅੱਜ ਉਮੀਦ ਕਰੂੰਗਾ ਕਿ ਜਿਹੜੀਆਂ ਗੱਲਾਂ ਮੈਂ ਅੱਜ ਕਰਨ ਲੱਗਿਆ ਉਹਦੇ 'ਤੇ ਤੁਸੀਂ ਜ਼ਰੂਰ ਗੌਰ ਫਰਮਾਓਗੇ। ਮੈਨੂੰ ਪਤਾ ਚੈਨਲਾਂ 'ਤੇ, ਮਾਲਕਾਂ 'ਤੇ, ਓਨਰਾਂ 'ਤੇ ਪ੍ਰੈਸ਼ਰ ਬੜਾ। ਮੈਨੂੰ ਵੀ ਕਹਿੰਦੇ ਆ ਅਸੀਂ ਤੇਰੀ ਪੀ ਸੀ ਵਿਖਾਵਾਂਗੇ, ਮਗਰ ਉਹਨੂੰ ਜੁਗਨੂੰ ਨਾ ਬੁਲਾਈਂ। ਉਹ ਆਪਦੇ ਆਪ ਨੂੰ ਜੇ ਜੁਗਨੂੰ ਬੁਲਾਉਂਦਾ ਤਾਂ ਠੀਕ ਹੈ, ਮਜੀਠੀਆ ਬੁਲਾ ਦੇ ਤਾਂ ਪ੍ਰੋਬਲਮ ਹੈ, ਇਹ ਗੱਲ ਠੀਕ ਨਹੀਂ। ਚਲੋ ਸ਼ਾਇਦ ਮਜੀਠੀਏ ਦਾ ਕੇਸ ਵੀ, ਅੱਜ ਮੈਂ ਨਾਭੀ ਪੱਗ ਬੰਨ ਕੇ ਆਇਆ, ਮੇਰੇ ਕੇਸ ਦੀ ਵੀ 10ਵੀਂ ਸਾਲਗਿਰਾ, ਉਹ ਤਾਂ ਵਿਆਹ ਦੀ ਸਾਲਗਿਰਾ ਬਣਾਈ ਦੀ ਆ, ਮੇਰੇ ਕੇਸ ਦੀ 10ਵੀਂ ਸਾਲਗਿਰਾ। 2013 ਤੋਂ ਇਹ ਡਰਾਮਾ ਸ਼ੁਰੂ ਹੋਇਆ ਔਰ 13 ਤੋਂ ਅੱਜ ਹੋ ਗਈ 23, 10 ਸਾਲ ਪੂਰੇ ਹੋ ਗਏ ਆ। ਪਹਿਲਾਂ ਤਾਂ ਤੁਹਾਡਾ ਬਣਦਾ ਫਰਜ਼, ਮਾੜੀ ਮੋਟੀ ਫੋਕੀ ਵਧਾਈ ਦੇ ਦਿਓ, ਭਾਵੇਂ ਦੇਣੀ ਨਹੀਂ ਦੇਣੀ ਆ ਤੁਹਾਡੀ ਮਰਜ਼ੀ ਆ, ਮਗਰ ਮੈਨੂੰ ਲੱਗਦਾ ਸਰਕਾਰ ਨੂੰ ਮੈਨੂੰ ਵਧਾਈ ਦੇਣ ਦਾ ਚਿੱਤ ਕਰਿਆ ਅਤੇ ਉਹਨਾਂ ਨੇ ਨਵੀਂ ਸਿੱਟ ਬਣਾ ਕੇ ਮੈਨੂੰ ਵਧਾਈ ਪੇਸ਼ ਕੀਤੀ। ਸਾਧ ਸੰਗਤ ਜੀ, ਕਮਾਲ ਦੀ ਗੱਲ ਇਹ ਹੈ ਕਿ ਇਹ ਪਤਾ ਨਹੀਂ, ਵੈਸੇ ਤਾਂ ਚੰਨੀ ਸਾਹਿਬ ਨੂੰ ਕੋਸਦੇ ਆ, ਮਗਰ ਚੱਲਦੇ ਚੰਨੀ ਸਾਹਿਬ ਦੇ ਨਕਸ਼ੇ ਕਦਮ 'ਤੇ ਹੀ ਹੈ ਭਗਵੰਤ ਸਿੰਘ। ਹੋਰ ਇਹਨਾਂ ਦਾ ਮੈਨੂੰ ਲੱਗਦਾ ਗੁਰੂ ਧਾਰ ਲਿਆ, ਫੋਰਮਰ CMA ਵਧਾਈ ਵੀ ਦੇ ਕੇ ਆਏ ਸੀ ਜਦੋਂ ਇਹ ਸਰਕਾਰ ਇਹਨਾਂ ਦੀ ਬਣੀ ਹੈ, ਮਿਲੇ ਵੀ ਸੀ ਇੱਕ ਦੂਜੇ ਨੂੰ। ਚੰਨੀ ਸਾਹਿਬ ਨੇ ਕੀ ਕੀਤਾ ਤੁਹਾਨੂੰ ਯਾਦ ਹੋਊਗਾ ਕਿ ਜਦੋਂ ਇਹ ਕੇਸ ਰਜਿਸਟਰ ਹੋਣਾ ਸੀ, 3 DGP ਇਹ ਕੇਸ ਰਜਿਸਟਰ ਕਰਨ ਤੋਂ ਨਾ ਕਰ ਗਏ ਔਰ ਫਿਰ ਇੱਡੇ ਕਾਬਲ ਅਫਸਰ ਨੂੰ ਲਾਇਆ ਜਿਹਨੇ ਆਪ ਇੱਕ ਇਤਿਹਾਸ ਰਚਤਾ ਕਿ ਉਹ 22 ਦਿਨ ਦੇ ਚਮਤਕਾਰੀ DG ਬਣ ਕੇ ਰਹੇ ਔਰ ਚਟੋਪਾਧਿਆ ਸਾਹਿਬ ਨੂੰ ਉਹਨਾਂ ਨੂੰ 16-12-21 ਨੂੰ DGP ਲਾਉਂਦੇ ਆ, 20-12-21 ਨੂੰ ਉਹ ਪਰਚਾ ਦਰਜ ਕਰਦਾ 4 ਦਿਨਾਂ ਬਾਅਦ ਔਰ 8-1-22 ਨੂੰ ਉਹ ਲੱਥ ਜਾਂਦਾ। ਮਤਲਬ 22 ਦਿਨਾਂ ਦੇ ਅੰਦਰ ਅੰਦਰ ਉਹ DGP ਸ਼ਿਪ ਤੋਂ ਲੱਥ ਵੀ ਜਾਂਦੇ ਔਰ ਮੈਂ ਉਹਨਾਂ ਦੇ ਆਰਡਰ ਕੱਢ ਕੇ ਲਿਆਇਆ, ਆਰਡਰ ਵੀ ਬਾ ਕਮਾਲ ਹੀ ਨੇ, ਗੌਰ ਫਰਮਾਉਣ ਵਾਲੇ ਨੇ, ਕਿਉਂਕਿ ਸ਼ਾਇਦ ਜਿਵੇਂ ਬਲਕਾਰ ਸਿੰਘ ਦੇ ਸੀ ਨਾ ਆਰਡਰ, ਜਿਵੇਂ DGP ਸਾਹਿਬ ਨੇ ਦਿੱਤੇ ਕਿ ਔਨ ਦੀ ਆਸਕਿੰਗ ਆਫ ਬਲਕਾਰ ਸਿੰਘ ਮੈਂ ਉਹਨੂੰ ਸਰਟੀਫਿਕੇਟ ਦੇ ਦਿੱਤਾ ਕਿ ਉਹ 50% ਅੰਗੀ ਨਾ, ਇਸੇ ਤਰ੍ਹਾਂ ਦਾ ਆਰਡਰ ਹੈ ਇਹ 16 December ਨੂੰ। ਅੱਛਾ ਕਮਾਲ ਦੀ ਗੱਲ ਹੈ, ਇਹ ਸਾਰੇ ਆਰਡਰ ਪੁੱਠੇ ਸਿੱਧੇ ਇਹ ਵੀ ਮੈਨੂੰ ਲੱਗਦਾ ਅਨੁਰਾਗ ਵਰਮਾ ਜੀ ਦੇ ਹਿੱਸੇ ਆਏ ਹੈ ਕਿ ਉਹਨਾਂ 'ਤੇ ਖਾਸ ਮਿਹਰਬਾਨੀ ਹੈ ਕਿ ਉਹ ਆਰਡਰ ਇਸ਼ੂ ਕਰਦੇ ਆ। ਕਹਿੰਦੇ ਇਹ 16 December ਦਾ ਆਰਡਰ ਹੈ, ਇਨ ਪਲੇਸ ਆਫ ਇਕਬਾਲਪ੍ਰੀਤ ਸੋਤਾ ਸਪੈਸ਼ਲ DG ਆਮ ਬਟਾਲੀਅਨ ਜਲੰਧਰ, ਸ਼੍ਰੀ ਸਰਦਾਰ ਚਟੋਪਾਧਿਆ IPS DGP PSPCR ਪਟਿਆਲਾ ਸ਼ੈਲ ਲੁੱਕ ਆਫਟਰ ਦਾ ਵਰਕ ਆਫ ਡਾਇਰੈਕਟਰ ਜਨਰਲ ਆਫ ਪੁਲਿਸ। ਇਹ ਨਹੀਂ ਕਿਹਾ ਕਿ ਐਡੀਸ਼ਨਲ ਚਾਰਜ ਮਿਲੂ, ਇਹ ਲੁੱਕ ਆਫਟਰ ਕਰੂ। ਇਹਨੇ ਕਾਹਦਾ ਲੁੱਕ ਆਫਟਰ ਕਰਨਾ ਸੀ? ਸਿਆਸੀ ਵਿਰੋਧੀਆਂ ਦਾ, ਮਜੀਠੀਏ ਦਾ, ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਦਾ, ਜਿਨ੍ਹਾਂ ਦੀ ਕਾਂਗਰਸ ਨਾਲ ਨਹੀਂ ਬਣਦੀ ਸੀ, ਜਿਨ੍ਹਾਂ ਦੀ ਚੰਨੀ ਨਾਲ ਨਹੀਂ ਬਣਦੀ ਸੀ, ਉਹਨਾਂ ਨੂੰ ਲੁੱਕ ਆਫਟਰ ਕਰਨ ਵਾਸਤੇ ਇਹਨੂੰ DGP ਲਾਇਆ ਔਰ ਹੋਇਆ ਕਿ ਦੇਖੋ ਰੱਬ ਦੇ ਰੰਗ ਤਾਂ ਬੇਅੰਤ ਨੇ, ਮਗਰ ਇਹ ਵੀ DGP ਇੱਕ ਪੈਟਰਨ ਫੋਲੋ ਹੋ ਰਿਹਾ। ਇਹਨੂੰ DGP ਲਾਇਆ, ਇਹਦੀ ਰਿਟਾਇਰਮੈਂਟ ਕਦੋਂ ਸੀ ਲਾਇਆ? 16-12 ਨੂੰ ਰਿਟਾਇਰਮੈਂਟ ਹੋ ਗਈ, 31-3
22 ਨੂੰ, ਮਤਲਬ ਵਿਦ ਇਨ 4 ਮੰਥਸ। ਹੁਣ ਵੀ ਜਿਹੜੇ ਬੜੇ ਕਾਬਲ ਸਾਡੇ ਸਾਥੀ ਲਾਏ ਜਾ ਰਹੇ ਆ, ਆਪਣੇ ਮੁਖਵਿੰਦਰ ਸਿੰਘ ਛੀਨਾ ਸਾਹਿਬ, ਵੈਸੇ ਇਹਨਾਂ ਦੇ ਚਿੱਠੇ ਤਾਂ ਬੜੇ ਨੇ, ਮਗਰ ਅੱਜ ਤਾਂ ਨਹੀਂ ਮੈਂ ਫਰੋਲੂੰਗਾ, ਸਤਿਕਾਰਯੋਗ ਨੇ। ਇਹਨਾਂ ਦੀ ਵੀ ਰਿਟਾਇਰਮੈਂਟ ਕਦੋਂ ਹੈ? 31/12/23। ਇਹ ਜਿਨ੍ਹਾਂ ਦੀ 4-6 ਮਹੀਨੇ ਰਿਟਾਇਰਮੈਂਟ ਰਹਿ ਜਾਂਦੀ ਹੈ, ਉਹਨਾਂ ਨਾਲ ਕਿਹੜੀ ਸੌਦੇਬਾਜ਼ੀ ਹੁੰਦੀ ਹੈ? ਕੀ ਕੁਇਡ ਪ੍ਰੋ ਕੋ ਤੁਸੀਂ ਕਰਦੇ ਹੋ? ਕੀ ਤੁਹਾਡਾ ਲੈਣ ਦੇਣ ਹੁੰਦਾ ਉਹਨਾਂ ਨਾਲ? ਚਾਹੇ ਉਹ ਪੋਸਟਿੰਗ ਦਾ ਲੈਣ ਦੇਣ ਹੈ, ਚਾਹੇ ਉਹ ਫਾਈਨੈਂਸ਼ੀਅਲ ਲੈਣ ਦੇਣ ਹੈ, ਚਾਹੇ ਕਿਸੇ ਇਨਕੁਆਇਰੀ 'ਚੋਂ ਅਗਲੇ ਨੂੰ ਬਚਾਉਣ ਦਾ ਲੈਣ ਦੇਣ ਹੈ, ਜਾਂ ਕਿਉਂਕਿ ਮੁਖਵਿੰਦਰ ਜੀ ਇਕੱਲੇ ਇਹੋ ਜਿਹੇ ਆਈ ਜੀ ਨੇ, ਇਹਨਾਂ ਦਾ ਸਾਰਾ ਬੈਚ ADGP ਬਣ ਗਿਆ। 1997 ਬੈਚ ਦੇ ਇਕੱਲੇ ਹੀ ਨੇ ਜਿਹੜੇ ਆਈ ਜੀ ਰਹਿ ਗਏ ਆ। ਹੁਣ ਇਹਨਾਂ ਨੂੰ ਪ੍ਰਮੋਸ਼ਨ ਦੇਣੀ ਆ, 6 ਮਹੀਨੇ ਰਿਟਾਇਰਮੈਂਟ ਦੇ ਰਹਿ ਗਏ, ਤਾਂ ਇਹਨਾਂ ਨਾਲ ਸੌਦਾ ਹੋ ਗਿਆ ਕਿ ਭਾਈ ਤੇਰੀ ਪ੍ਰਮੋਸ਼ਨ ਇੱਕ ਸ਼ਰਤ 'ਚ ਕਰਾਂਗੇ, ਜੇ ਫਲਾਣਾ ਸਾਡਾ ਕੰਮ ਕਰਕੇ ਦੇਵੇ। ਮਤਲਬ ਫਰੀ ਐਂਡ ਫੇਅਰ ਕੰਮ ਨਹੀਂ ਹੋਣਾ, ਕੁਇਡ ਪ੍ਰੋ ਕੋ ਜਿਹੜੀ ਸਰਕਾਰ ਚਾਹੁੰਦੀ ਉਹ ਕਾਰਵਾਈ ਹੋਊਗੀ। ਔਰ ਇਸੇ ਤਰ੍ਹਾਂ ਜਿਵੇਂ ਮੈਂ ਤੁਹਾਨੂੰ ਕਿਹਾ, ਇਕੱਲੇ ਆਈ ਜੀ ਰਹਿ ਗਏ, ਔਰ ਇੱਕ ਹੋਰ ਪੈਟਰਨ ਫੋਲੋ ਹੋ ਰਿਹਾ। ਮੇਰੇ ਕੇਸ 'ਚ 3 DGP ਬਦਲਣ ਤੋਂ ਬਾਅਦ ਇੱਕ ਪਰਚਾ ਦਰਜ ਹੁੰਦਾ ਹੈ, ਰਾਤ ਦੇ ਹਨੇਰੇ 'ਚ ਇੱਕ ਦਫ਼ਤਰ 'ਚ, ਜਿਹੜਾ ਉਹ ਪਤਾ ਨਹੀਂ ਪਹਿਲੀ FIR ਦਾਸਤੀ ਦਰਜ ਹੋਈ ਹੈ, ਮੈਨੂੰ ਲੱਗਦਾ ਦੂਜੀ ਉਹ ਹੋਈ ਸੀ, ਉਹਦਾ ਵੀ ਕੁਛ ਨਹੀਂ ਨਿਕਲਿਆ ਅੱਜ ਤੱਕ। ਉਹ ਜਿਹੜੀ ਅਰੁੰਗਲ ਸਾਹਿਬ ਵਾਲੀ, ਅਰੁੰਗਲ ਹੀ ਸੀ ਨਾ ਜਿਹੜਾ ਕਹਿੰਦਾ ਅਮਿਤ ਸ਼ਾਹ ਜੀ ਨੇ ਮੈਨੂੰ ਕਰੋੜਾਂ ਰੁਪਈਏ ਦਾ ਔਫਰ ਦਿੱਤਾ ਜਦੋਂ MLA ਦੀ ਖਰੀਦੋ ਫਰੋਤ ਦੀ ਸੀ, ਉਹ FIR ਵੀ ਸੁੱਖ ਨਾਲ ਇਸੇ ਥਾਣੇ 'ਚ ਦਰਜ ਹੋਈ ਹੈ। ਇਹ ਥਾਣਾ ਹੀ ਬੜਾ ਸਤਿਕਾਰਯੋਗ ਹੈ ਕਿ ਜਿਹੜੀ FIR ਇੱਥੇ ਦਰਜ ਹੁੰਦੀ ਹੈ, ਪਤਾ ਨਹੀਂ ਉਹ ਕਿਹੜੇ ਬਹਾਨੇ ਨਾਲ ਹੁੰਦੀ, ਉਹਦਾ ਰਿਜ਼ਲਟ ਕੁਝ ਕੱਢਦੇ ਕੁੱਟਦੇ ਨਹੀਂ। ਉਸੇ ਤਰ੍ਹਾਂ ਅੱਜ ਜਿਹੜਾ ਪੋਸਟ ਰਿਟਾਇਰਮੈਂਟ ਬੈਨੀਫਿਟ ਇੱਕ ਤਾਂ ਹੁੰਦੇ ਆ ਕਿ ਤਨਖਾਹ ਦੇ, ਮਗਰ ਇਹਨਾਂ ਨਾਲ ਤਨਖਾਹ ਦੇ ਨਹੀਂ, ਇਹਨਾਂ ਨਾਲ ਪਤਾ ਨਹੀਂ ਹੁਣ ਕਿਹੜੇ ਹੋਏ ਆ, ਇਹ ਬਾਅਦ 'ਚ ਪਤਾ ਲੱਗੂਗਾ, ਹਾਲੇ ਤਾਂ ਜੋ ਸਮਝ ਆ ਰਹੀ ਹੈ। ਮਗਰ ਮੈਂ ਅਗਲੀ ਗੱਲ ਕਰਾਂ ਕਿ ਜਿਹੜੇ ਮੇਰੇ ਕੇਸ 'ਚ, ਜਿਵੇਂ ਮੈਂ ਪਹਿਲਾਂ ਦੱਸਿਆ 3 DGP, ਫਿਰ 4 ADGPs BOI ਦੇ ਜਿਹੜੇ, ਜਿਨ੍ਹਾਂ ਨੇ ਇਨਕਾਰ ਕੀਤਾ, ਔਰ ਅਖੀਰ 'ਚ ਉੱਥੇ ਚੰਦਰ ਸ਼ੇਖਰ ਜੀ ਲੱਗੇ ਜਦੋਂ ਪਰਚਾ ਦਰਜ ਹੋਇਆ, ਉਹ ਗੱਲ ਉਸ ਤੋਂ ਪਹਿਲਾਂ 3 ਨਾ ਕਰ ਗਏ, ਔਰ ਫਿਰ ਜਿਹੜੀ SIT ਬਣੀ, ਪਹਿਲਾਂ ਬਲਕਾਰ ਸਿੰਘ ਦੀ ਬਣੀ, ਬਲਕਾਰ ਸਿੰਘ, ਫਿਰ ਉਹਦੇ ਮੁੰਡੇ ਨੂੰ ਲਵਪ੍ਰੀਤ ਨੂੰ ਕਿਵੇਂ ਰਾਤੋ ਰਾਤ ਇੰਸਪੈਕਟਰ ਬਣਾ ਦਿੱਤਾ, ਉਹਦਾ ਰੌਲਾ ਵੀ ਆਇਆ, ਉਹ ਸਾਰੀਆਂ ਖਬਰਾਂ ਬਾਅਦ 'ਚ ਨਿਕਲੀਆਂ। ਫਿਰ ਉਸ ਤੋਂ ਬਾਅਦ ਐਸ ਰਾਹੁਲ ਸਾਹਿਬ ਨੂੰ ਅਸੀਂ ਤਾਂ ਨਹੀਂ ਲਾਇਆ, ਲਾਇਆ ਕੀ ਨੇ ਐਸ ਰਾਹੁਲ ਨੂੰ? ਸਰਕਾਰ ਨੇ, ਮੌਜੂਦਾ ਸਰਕਾਰ ਨੇ, ਭਗਵੰਤ ਸਿੰਘ ਮਾਨ ਨੇ। ਮਗਰ ਅੱਜ ਕੀ ਗੱਲ ਹੋਈ ਇਹ ਜੀ ਕਿ ਜਿਹਨੇ ਸਾਲ ਭਰ SIT ਦਾ ਹੈਡ ਰਿਹਾ ਉਹਨੂੰ ਹਟਾ ਦਿੱਤਾ, ਇਹ ਵੀ ਕਿੱਥੇ ਪਤਾ ਕਰਿਓ? ਵੈਸੇ ਤੁਹਾਨੂੰ ਤਾਂ ਨਹੀਂ ਦੱਸਣਾ, ਜੇ ਪਤਾ ਲੱਗ ਵੀ ਗਿਆ ਤੁਹਾਨੂੰ ਛਾਪਣ ਨਹੀਂ ਦੇਣਾ, ਮੈਂ ਦੱਸ ਦਿੰਦਾ, ਜੇ ਮਾੜੀ ਮੋਟੀ ਚਲਾ ਦਿਓਗੇ ਤਾਂ ਠੀਕ ਆ, ਨਹੀਂ ਚਲਾਉਂਗੇ ਤਾਂ ਵੀ ਠੀਕ ਆ। ਅਸਲ ਰੌਲਾ ਕੀ ਪਿਆ ਕਿ ਉਹਨੂੰ ਵਾਰ ਵਾਰ ਇਹ ਕਿਹਾ ਗਿਆ ਕਿ ਤੂੰ ਜਿਹੜਾ ਚਲਾਨ ਪੇਸ਼ ਕਰਨਾ, ਉਹ ਜਿਵੇਂ ਆਪ ਦੀ ਸਰਕਾਰ ਕਹਿੰਦੀ ਹੈ, ਜਿਵੇਂ ਜੁਗਨੂੰ ਕਹਿੰਦਾ ਹੈ, ਉਸ ਤਰ੍ਹਾਂ ਪੇਸ਼ ਕਰੋ। ਮਗਰ ਉਸ ਬੰਦੇ ਨੇ ਇਹ ਗੱਲ ਕਹੀ ਕਿ ਮੇਰੇ ਤੋਂ ਸਹੀ ਕੰਮ ਕਰਾਉਣਾ ਤਾਂ ਆਈ ਵਿਲ ਡੂ, ਕਿਉਂਕਿ ਉਹਨਾਂ ਦੀ ਸਰਵਿਸ ਲੰਮੀ ਪਈ, ਆਈ ਥਿੰਕ ਇਟਸ ਰਿਟਾਇਰਮੈਂਟ ਇਜ਼ ਇਨ 2037। ਤਦ ਤੱਕ ਤਾਂ ਭਗਵੰਤ ਸਿੰਘ ਜੀ ਵੀ ਰਿਟਾਇਰ ਹੋ ਜਾਣੇ ਆ ਬੜੀ ਛੇਤੀ, ਇਹਨਾਂ ਦੀ ਹਲੇ ਬੜੀ ਲੰਮੀ ਸਰਵਿਸ ਪਈ ਹੈ। ਇਹ ਛੀਨਾ ਅਤੇ ਭਗਵੰਤ ਦੀ ਰਿਟਾਇਰਮੈਂਟ ਇਕੱਠੀ ਹੈ, ਅੱਗੇ ਪਿੱਛੇ ਸਾਲ ਦੇ। ਮਗਰ ਉਹਨਾਂ ਨੂੰ ਸੂਟ ਨਾ ਕੀਤਾ, ਉਸ ਬੰਦੇ ਨੇ ਕਹਿ ਤਾ ਭਾਈ ਗਲਤ ਕੰਮ ਤਾਂ ਮੇਰੇ ਤੋਂ ਹੋਣਾ ਨਹੀਂ, ਸਹੀ ਕੰਮ ਮੈਂ ਕਰਨ ਨੂੰ ਤਿਆਰ ਹਾਂ, ਮਗਰ ਸਹੀ ਸਰਕਾਰ ਕਰਨਾ ਨਹੀਂ ਚਾਹੁੰਦੀ, ਅਤੇ ਉਹਨੂੰ ਹਟਾ ਤਾ। ਹੁਣ ਜੇ ਤਾਂ ਉਹ ਤੁਹਾਨੂੰ ਲੱਗਦਾ ਕਿ ਕਾਬਲ ਨਹੀਂ ਹੈ, ਤਾਂ ਫਿਰ ਉਹਨੂੰ ਡਾਇਰੈਕਟਰ BOI ਕਿਉਂ ਲਾਇਆ? ਫਿਰ ਉਹਨੂੰ ਡਾਇਰੈਕਟਰ ਵਿਜੀਲੈਂਸ ਤੋਂ ਵੀ ਹਟਾ ਦਿਓ, ਕਿਉਂਕਿ ਤੁਸੀਂ ਤਾਂ ਕਹਿ ਰਿਹਾ ਸੀ ਬੜੀ ਸਖਤ ਕਾਰਵਾਈ ਅਗੇਂਸਟ ਕਰਪਸ਼ਨ ਕਰ ਰਹੇ। ਮਗਰ ਜਿੱਥੇ ਜਿੱਥੇ ਇਹਨਾਂ ਨੂੰ ਸੂਟ ਕਰਦਾ, ਅਫਸਰ ਨੂੰ ਕਿਵੇਂ ਵਰਤਣਾ, ਉਸ ਕੰਮ 'ਤੇ ਹੋਇਆ, ਹੋਰ ਕੁਛ ਨਹੀਂ। ਹੁਣ ਮੁਖਵਿੰਦਰ ਛੀਨਾ ਜਿਹਨੂੰ ਲਾਇਆ, ਇਹਦੇ ਖਿਲਾਫ਼ ਦੇਖੋ ਹਲੇ ਇਹਨਾਂ ਦੀ ਐਕਸਟੈਂਡਡ ਫੈਮਿਲੀ ਦੇ ਕੀ ਰੌਲੇ ਆ, ਗਮਾਡੇ ਛਮਾਡੇ ਦੇ, ਉਹ ਮੈਂ ਬਾਅਦ 'ਚ ਦੱਸੂ। ਅੱਜ ਤਾਂ ਮੈਂ ਮੋਟੀ ਗੱਲ ਕਰਦਾ ਹਾਂ
कि जिस भाई साहब नू लाया गया है उन्हां दे खिलाफ इनक्वायरी किने इनिशिएट की है ऑन द आस्किंग्स ऑफ ऑनरेबल सुप्रीम कोर्ट की जिहड़ी कमेटी बनी इंदू मल्होत्रा जी दी, उस कमेटी ने रेकमेंड किया है कि मेजर एक्शन, और मेजर एक्शन कौन रेकमेंड कर रहा है? एक तो सुप्रीम कोर्ट मोनिटर्ड कमेटी, सबका जस्टिस सुप्रीम कोर्ट के मिस्टर इंदू मल्होत्रा जी, वो चट्टोपाध्याय का सख्त एक्शन वो खिलाफ हो ही गया, जो 22 दिन का चमत्कारी डी जी सी। फिर नरेश अरोड़ा के खिलाफ, इस इंद्रबीर के खिलाफ, तो एक हरमनदीप हंस के खिलाफ। हुण कमाल की गल है कि मैनू लगता सौदा यही बनया कि चंगा असी तेनू प्रधानमंत्री नू जिहड़ा सिक्योरिटी ना दे सके उन्हें कहदी इनक्वायरी करनी। मैं समझदा उहदे नाल यही गल होई होनी कि चलना तेनू प्रधानमंत्री केस तो बचा लेंगे, नहीं तो इहदे सारे बेनीफिट जाने आ जे ते गाज डिग गई, मगर बचावांगे एक शर्त कि साडा काम करके जा, जिहड़ा काम असी चाहुंदे उहनू मुका के जा, फिर बचावांगे। क्योंकि आप ही सरकार ने ऑर्डर कढ़िया होया, आ ऑर्डर है जी स्पेशल सैकटरी होम, तरीक है जी इहदी 20 मार्च 23। झंडे की फोटो खाई, आ फोटो, आ झंडा की कह रहा इहदे 'च, एक तो पता नहीं ये मूँह जहा खुला ही रहिंदा, बंद च बंद रहूगा तो पंजाब का भला। पंजाब CM इनिशिएट्स एक्शन अगेंस्ट एक्स DGP अदर कॉप्स ओवर PM मोदी सिक्योरिटी ब्रीच इन 2022, ये लिखा जी। और ये की लिखा कि शो कॉज नोटिस जवाब तलबी ये हुई है नगेश्वर राव, मुखविंदर छीना, नरेश अरोड़ा, राकेश अग्रवाल, सुरजीत सिंह, चरणजीत सिंह, SSP मोगा, इन्हों दे सारे दे खिलाफ शो कॉज नोटिस इशू करता गया। हुण भाई इसलिए ला रहे हो इनू